ਬਹੁ ਚਰਚਿਤ ਫਰੀਦਕੋਟ ਅਗਵਾ ਕਾਂਡ ਅਤੇ ਨਾਬਾਲਗ ਦੇ ਨਾਲ ਬਲਾਤਕਾਰ ਦੇ ਮੁੱਖ ਦੋਸ਼ੀ ਨਿਸ਼ਾਨ ਸਿੰਘ ਦੀ 4.5 ਏਕੜ ਜ਼ਮੀਨ ਨਿਲਾਮ ਕਰ ਦਿੱਤੀ ਗਈ ਹੈ। ਪੀੜਤਾਂ ਨੂੰ ਮੁਆਵਜ਼ੇ ਦੀ ਰਕਮ ਮੁਹੱਈਆ ਕਰਵਾਉਣ ਦੇ ਲਈ ਜ਼ਿਲ੍ਹਾ ਪ੍ਰਸ਼ਾਸਨ ਨੇ ਮੰਗਲਵਾਰ ਨੂੰ 91 ਲੱਖ ਰੁਪਏ ਦੇ ਵਿਚ 4 ਏਕੜ ਜ਼ਮੀਨ ਦੀ ਨਿਲਾਮੀ ਕੀਤੀ ਹੈ। ਇਹ ਜ਼ਮੀਨ ਫਰੀਦਕੋਟ ਦੀ ਰੈੱਡ ਕਰਾਸ ਸੋਸਾਇਟੀ ਦੇ ਵੱਲੋਂ ਨਿਲਾਮੀ ਦੇ ਦੌਰਾਨ ਸਭ ਤੋਂ ਵੱਧ ਬੋਲੀ ਦੇ ਕੇ ਖਰੀਦੀ ਗਈ ਹੈ। ਡਿਪਟੀ ਕਮਿਸ਼ਨਰ ਖੁਦ ਇਸ ਸੋਸਾਇਟੀ ਦੇ ਚੇਅਰਮੈਨ ਨੇ ਬੋਲੀਕਾਰ ਨੇ 25 ਲੱਖ ਰੁਪਏ ਜਮ੍ਹਾਂ ਕਰਵਾ ਦਿੱਤੇ ਨੇ ਤੇ ਬਾਕੀ ਰਕਮ ਅਗਲੇ 3 ਦਿਨਾਂ ਦੇ ਵਿਚ ਜਮ੍ਹਾਂ ਕਰਵਾਈ ਜਾਵੇਗੀ। ਮਾਨਯੋਗ ਪੰਜਾਬ ਤੇ ਹਰਿਆਣਾ ਹਾਈਕੋਰਟ ਦੇ ਹੁਕਮ ਅਤੇ ਸਾਡੇ ਜ਼ਿਲ੍ਹਾ ਮੈਜਿਸਟਰੇਟ ਸਾਹਿਬ ਦੇ ਹੁਕਮ ਮੁਤਾਬਕ ਅਸੀਂ ਪਟਵਾਰਖਾਨਾ ਵਿਖੇ ਨਿਲਾਮੀ ਰੱਖੀ ਗਈ ਸੀ ਇਹ, ਕਿਉਂਕਿ ਡੇਟ ਬਾਉਂਡ ਸੀ ਹਾਈਕੋਰਟ ਦੀਆਂ। ਉਹਨਾਂ ਦੀ ਐਗਰੀਕਲਚਰ ਲੈਂਡ ਜਿਹੜੀ ਹੈ ਇਹਦੇ 'ਚ ਅਸੀਂ ਮਤਲਬ ਓਪਨ ਆਕਸ਼ਨ ਉਹਨਾਂ ਦੀ ਜਿੰਨੀ ਲੈਂਡ ਸੀ ਕੀਤੀ ਸੀ, ਲੇਕਿਨ ਐਗਰੀਕਲਚਰ ਲੈਂਡ ਜਿਹੜੀ ਸੀਗੀ ਉਹਦੇ ਉਹ 91 ਲੱਖ ਰੁਪਏ 'ਚ ਉੱਥੇ ਮੌਕੇ 'ਤੇ ਰੈੱਡ ਕਰਾਸ ਸੁਸਾਇਟੀ ਫਰੀਦਕੋਟ ਵੱਲੋਂ ਬੋਲੀ 'ਤੇ ਖਰੀਦੀ ਗਈ ਹੈ। ਬੋਲੀਕਾਰ ਬੋਲੀ ਦੇਣ ਵਾਲੇ ਇਹਨਾਂ ਦੀ ਸਭ ਤੋਂ ਵੱਧ ਬੋਲੀ ਰੈੱਡ ਕਰਾਸ ਨੇ ਦਿੱਤੀ ਹੈ। ਫਰੀਦਕੋਟ ਤੋਂ ਜਗਤਾਰ ਦਸਾਂਝ ਦੀ ਰਿਪੋਰਟ।